ਜੀ ਅਮਿਤ ਜੀ ਨਮਸਕਾਰ। ਇਹ ਸਰ ਦੇਖੋ ਜਿਹੜਾ ਮਤਲਬ ਪੋਕਾ ਬੋਇੰਗ ਨੂੰ ਪਿਆ ਹੈ ਨਾ ਗੰਨੇ ਨੂੰ, ਅਤੇ ਆਹ ਦੇਖੋ ਬਿਲਕੁਲ ਸਹੀ ਹੋ ਗਿਆ, ਗੰਨਾ ਵਧੀਆ ਚੱਲ ਪਿਆ। ਵੇਖੋ ਉੱਪਰ ਪੱਤੇ ਕੱਢਾ ਆ, ਅਤੇ ਇਹਨੂੰ ਬਸ ਸਪਰੇਅ ਕੀਤੀ ਹੈ ਜੇ ਆਪਾਂ। ਆਹ ਵੇਖੋ ਇੱਥੇ ਪੋਕਾ ਪਿਆ ਹੈ ਪੂਰਾ ਇੱਥੇ, ਅਤੇ ਇੱਥੋਂ ਆਹ ਵੇਖੋ ਆਹ ਪੱਤਾ ਵੀ ਕਿੱਦਾਂ ਦਾ ਹੋਇਆ ਹੈ ਪਹਿਲਾਂ ਪੀਲਾ ਜਿਹਾ, ਅਤੇ ਆਹ ਤੁਹਾਨੂੰ ਦਿਖਾਉਣਾ ਇਹ। ਆਹ ਵੇਖੋ ਆਹ ਪੂਰਾ ਚੱਲ ਪਿਆ ਵਧੀਆ, ਆਹ ਦੇਖੋ ਉੱਪਰ ਤੱਕ। ਇੱਦਾਂ ਮੇਰੇ ਕਾਫੀ ਗੰਨੇ ਨੂੰ ਜਿਹੜੀ ਪੋਕਾ ਬੋਇੰਗ ਪਈ ਸੀ, ਜਿਹੜੀ ਤੁਹਾਡੀ ਮਿਹਰਬਾਨੀ ਹੋ ਬੂਮ ਪ੍ਰੈਰੀ ਕਿੱਟ ਦਾ ਕਲਚਰ ਜਿਹੜਾ ਵਾ ਉਹ ਚਲਾਇਆ ਸੀ। ਆਹ ਵੇਖੋ ਆਹ ਵੀ ਇੱਦਾਂ ਹੀ ਖਰਾਬ ਹੋ ਗਿਆ ਪੂਰਾ ਉੱਪਰੋਂ। ਆਹ ਵੇਖੋ ਦੋਰੀ ਚੱਲ ਪਿਆ। ਆਹ ਵੇਖੋ ਤੁਹਾਨੂੰ ਮੈਂ ਪੱਤੇ ਵਿਖਾਉਣਾ, ਇਹ ਇੱਦਾਂ ਪਹਿਲਾਂ ਆਹ ਜਿਹੜਾ ਆਹ ਦੇਖੋ ਵਧੀਆ ਚੱਲ ਪਿਆ ਜੀ। ਇਹਦਾ ਕਾਫੀ ਪੋਕਾ ਬੋਇੰਗ 15-23 ਵਰਾਇਟੀ ਸੀ, ਉਹ ਬੀਜ ਨੂੰ ਟ੍ਰੀਟ ਕੀਤਾ ਗਿਆ ਸਾਡੇ ਕੋਲ, ਇਸੇ ਤਰ੍ਹਾਂ ਬਿਜਾਈ ਕਰਤੀ ਦਾ। ਵੇਖੋ ਸਾਰਾ ਮਤਲਬ ਵਧੀਆ ਹੋ ਗਿਆ, ਜਿੰਨਾ ਵੀ ਗੰਨਾ ਵਾ ਕੋਈ ਪੋਕਾ ਨਹੀਂ, ਕੋਈ ਮਤਲਬ ਕੀਟ ਨਹੀਂ। ਬਹੁਤ ਬਹੁਤ ਧੰਨਵਾਦ ਰਾਹੁਲ ਸਰ ਤੁਹਾਡਾ ਵੀ ਔਰ ਬਾਕੀ ਟੀਮ ਦਾ। ਆਹ ਦੇਖੋ ਆਹ ਵੀ ਇੱਦਾਂ ਹੀ ਬਿਲਕੁਲ ਪੋਕਾ ਬੋਇੰਗ ਨੇ ਖਤਮ ਹੋ ਗਿਆ ਗੰਨਾ। ਆਹ ਦੇਖੋ ਆਪਣੇ ਵਧੀਆ ਚੱਲ ਪਿਆ। ਆਹ ਦੇਖੋ ਕਿਸਾਨ ਵੀਰਾਂ ਨੂੰ ਮੇਰੀ ਬੇਨਤੀ ਹੈ ਵੀ ਇੱਕ ਵਾਰੀ ਜ਼ਰੂਰ ਵਰਤ ਕੇ ਵੇਖਣ, ਭਾਵੇਂ ਕਲਚਰ ਦੀ ਸਪਰੇਅ ਕਰਕੇ ਵੇਖ ਲਓ ਇੱਕ ਵਾਰੀ, ਤੁਹਾਨੂੰ ਆਪੇ ਪਤਾ ਲੱਗ ਜਾਣਾ। ਬਹੁਤ ਵਧੀਆ ਰਿਜ਼ਲਟ ਨੇ, ਕੋਈ ਕੀਟ ਨਹੀਂ ਨਾ।